ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਸ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ। ਅੱਜ ਦੀ ਨੋਟੀਫਿਕੇਸ਼ਨ, ਅੱਜ ਦੀ ਅਪਡੇਟ, ਅੱਜ ਦੀ ਗਾਈਡਲਾਈਨ ਦੀ ਗੱਲ ਕਰੀਏ ਤਾਂ ਦੋਸਤੋ, ਬਹੁਤ ਸਾਰੇ ਲੋਕ ਨੇ ਜੋ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਨੇ ਅਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਲੇਟ ਹੋ ਜਾਵੇ ਤਾਂ ਫਿਰ ਇੱਕ ਵੱਡਾ ਜੁਰਮਾਨਾ ਵੀ ਬੈਂਕਾਂ ਦੁਆਰਾ ਲਗਾਇਆ ਜਾਂਦਾ ਹੈ। ਇਸ ਜੁਰਮਾਨੇ ਨੂੰ ਲੈ ਕੇ, ਇਸ ਪੈਨਲਟੀ ਨੂੰ ਲੈ ਕੇ RBI ਨੇ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਹਨ। ਇਸ ਤੋਂ ਬਾਅਦ ਤੁਹਾਨੂੰ ਪੈਨਲਟੀ ਨਹੀਂ ਦੇਣੀ ਪਵੇਗੀ। ਕੀ ਨੇ ਪੂਰੀਆਂ ਗਾਈਡਲਾਈਨਸ, ਗੱਲ ਕਰਾਂਗੇ ਇਸੇ ਵੀਡੀਓ ਚ। ਵੀਡੀਓ ਪੂਰੀ ਦੇਖਿਓ, ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਦੋਸਤੋ, ਅੱਜ ਕੱਲ੍ਹ ਕ੍ਰੈਡਿਟ ਕਾਰਡ ਦੀ ਵਰਤੋਂ ਦਾ ਬੜਾ ਟ੍ਰੈਂਡ ਹੈ। ਅਸੀਂ ਕ੍ਰੈਡਿਟ ਕਾਰਡ ਨੂੰ ਆਨਲਾਈਨ ਅਤੇ ਆਫਲਾਈਨ ਦੋਵੇਂ ਥਾਵਾਂ ਤੇ ਯੂਜ਼ ਕਰਦੇ ਹਾਂ, ਸ਼ੋਪਿੰਗ ਕਰਨ ਦੇ ਲਈ ਜਾਂ ਆਪਣੀਆਂ ਜ਼ਰੂਰਤਾਂ ਦੇ ਲਈ ਜਿਹੜਾ ਉਹ ਕ੍ਰੈਡਿਟ ਕਾਰਡ ਜਿਹੜਾ ਉਹ ਇਸਤੇਮਾਲ ਆਪਾਂ ਕਰਦੇ ਹਾਂ। ਕ੍ਰੈਡਿਟ ਕਾਰਡ ਦਾ ਜੋ ਵੀ ਬਿੱਲ ਬਣਦਾ ਹੈ ਅਤੇ ਡਿਊ ਡੇਟ ਤੇ ਉਹ ਆਪਾਂ ਬਿੱਲ ਭਰ ਵੀ ਦਿੰਦੇ ਹਾਂ, ਪਰ ਜੇਕਰ ਅਸੀਂ ਡਿਊ ਡੇਟ ਤੋਂ ਉਹ ਬਿੱਲ ਲੇਟ ਕਰਦੇ ਹਾਂ ਜਾਂ ਡਿਊ ਡੇਟ ਤੇ ਉਹ ਬਿੱਲ ਅਸੀਂ ਨਹੀਂ ਭਰ ਸਕਦੇ ਤਾਂ ਡਿਊ ਡੇਟ ਤੋਂ ਬਾਅਦ ਬਿੱਲ ਜਿਹੜਾ ਹੈਗਾ ਉਹ ਭਰਦੇ ਹਾਂ ਤਾਂ ਉਸਦੇ ਲਈ ਸਾਨੂੰ ਕਾਫੀ ਵੱਡੀ ਇੱਕ ਪੈਨਲਟੀ ਜਿਹੜੀ ਹੈ ਉਹ ਲਗਾਈ ਜਾਂਦੀ ਹੈ ਬੈਂਕਾਂ ਦੇ ਦੁਆਰਾ। ਵੱਖ ਵੱਖ ਬੈਂਕਾਂ ਅੰਦਰ ਵੱਖ ਵੱਖ ਜਾਂ ਕਹਿ ਲਓ ਕਿ ਅਲੱਗ ਅਲੱਗ ਤਰ੍ਹਾਂ ਦੀ ਪੈਨਲਟੀ ਜਿਹੜੀ ਹੈਗੀ ਆ ਉਹ ਲਗਾਈ ਜਾਂਦੀ ਹੈ। ਕੋਈ ਬੈਂਕ ਇੱਕ ਵਾਰ ਬਿੱਲ ਲੇਟ ਭਰਨ ਤੇ 500 ਤੋਂ 1000 ਤੱਕ ਦਾ ਜੁਰਮਾਨਾ ਵੀ ਜਿਹੜਾ ਹੈਗਾ ਉਹ ਵਸੂਲ ਕਰਦਾ ਹੈ। ਇਸ ਤੋਂ ਬਾਅਦ ਜਿੰਨਾ ਚਿਰ ਅਸੀਂ ਇਸ ਪੇਮੈਂਟ ਨੂੰ ਨਹੀਂ ਭਰਦੇ, ਇਸ ਬਿੱਲ ਨੂੰ ਨਹੀਂ ਭਰਦੇ, ਉਸ ਉੱਪਰ ਵਿਆਜ ਵੀ ਜਿਹੜਾ ਉਹ ਲੱਗਦਾ ਹੈ। ਵੱਖਰੇ ਵੱਖਰੇ ਬੈਂਕਾਂ ਦਾ ਇਹ ਵਿਆਜ ਜਿਹੜਾ ਇਹ ਵੀ ਵੱਖਰਾ ਵੱਖਰਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਸਾਡਾ ਸਿਵਿਲ ਜੋ ਹੋਰ ਹੁੰਦਾ ਹੈ ਉਹ ਵੀ ਡਾਊਨ ਜਾਂਦਾ ਹੈ, ਉਸਦੇ ਵਿੱਚ ਵੀ ਜਿਹੜੀ ਹੈ ਉਹ ਕਮੀ ਆਉਂਦੀ ਹੈ। ਤੋ ਸਿਵਿਲ ਸਕੋਰ ਘੱਟ ਜਾਣ ਨਾਲ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੋ ਅਗਰ ਆਪਾਂ ਲੋਨ ਲੈਣਾ ਹੈ ਜਾਂ ਲੋਨ ਮਿਲਣ ਦੇ ਵਿੱਚ ਕਾਫੀ ਦਿੱਕਤਾਂ ਦਾ ਜਿਹੜਾ ਹੈਗਾ ਉਹ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ। ਇਸ ਲਈ RBI ਨੇ ਹੁਣ ਇਸ ਲੇਟ ਪੇਮੈਂਟ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਇਸ਼ੂ ਕੀਤੀਆਂ ਨੇ। ਇਹ ਗਾਈਡਲਾਈਨਸ ਕੁਝ ਇਸ ਤਰ੍ਹਾਂ, ਕਿਸੇ ਕ੍ਰੈਡਿਟ ਕਾਰਡ ਦਾ ਡਿਊ ਡੇਟ ਅਗਰ ਮੰਨ ਲਈਏ ਕਿ 31 ਜਨਵਰੀ ਹੈ ਅਤੇ ਤੁਸੀਂ ਆਪਣਾ ਜਿਹੜਾ ਬਿੱਲ ਹੈ ਉਹ 3 ਫਰਵਰੀ ਤੱਕ ਜਿਹੜਾ ਉਹ ਭਰ ਦਿੱਤਾ ਹੈ ਤਾਂ ਤੁਹਾਡਾ ਬਿੱਲ ਜਿਹੜਾ ਹੈ ਉਸ ਉੱਪਰ ਪੈਨਲਟੀ ਨਹੀਂ ਲੱਗੇ, ਕਿਉਂਕਿ RBI ਦੀਆਂ ਨਵੀਆਂ ਗਾਈਡਲਾਈਨਸ ਦੇ ਮੁਤਾਬਕ ਜੇਕਰ ਤੁਸੀਂ ਡਿਊ ਡੇਟ ਤੋਂ 3 ਦਿਨਾਂ ਦੇ ਅੰਦਰ ਅੰਦਰ ਯਾਨੀ ਕਿ 31 ਜਨਵਰੀ ਤੁਹਾਡੀ ਡਿਊ ਡੇਟ ਹੈ ਔਰ ਤੁਸੀਂ 3 ਫਰਵਰੀ ਤੱਕ ਜਿਹੜਾ ਉਹ ਆਪਣਾ ਬਿੱਲ ਕੰਪਲੀਟ ਕਰਦੇ, ਬਿੱਲ ਭਰਦੇ ਹੋ ਤਾਂ ਇਹਨਾਂ 3 ਦਿਨਾਂ ਦੌਰਾਨ ਤੁਹਾਨੂੰ ਪੈਨਲਟੀ ਨਹੀਂ ਦਿੱਤੀ ਜਾਏਗੀ। ਇਸ ਤੇ ਕੋਈ ਚਾਰਜਿਸ ਤੁਹਾਡੇ ਐਕਸਟਰਾ ਜਿਹੜੇ ਹੈ ਐਜ਼ ਅ ਫਾਈਨ ਜਿਹੜੇ ਹੈ ਉਹ ਬੈਂਕ ਨਹੀਂ ਲਵੇਗਾ। ਯਾਨੀ ਕਿ ਡਿਊ ਡੇਟ ਤੋਂ ਬਾਅਦ ਵੀ ਤੁਹਾਡੇ ਕੋਲ 3 ਦਿਨ ਹੋਣਗੇ ਜਿਸ ਦੇ ਵਿੱਚ ਤੁਸੀਂ ਆਪਣੀ ਪੇਮੈਂਟ ਜਿਹੜੀ ਹੈ ਉਹ ਆਪਣੇ ਕ੍ਰੈਡਿਟ ਕਾਰਡ ਦੀ ਜਿਹੜੀ ਪੇਮੈਂਟ ਆ ਉਹ ਕਰ ਸਕਦੇ ਹੋ। ਤੁਸੀਂ ਆਪਣਾ
ਜੋ ਬਿਨਾਂ ਪੈਨਲਟੀ ਤੋਂ ਬਿੱਲ ਜਿਹੜਾ ਹੈਗਾ ਉਹ ਭਰ ਸਕੋਗੇ। ਸੋ ਇਹ ਗਾਈਡਲਾਈਨਸ ਆਰਬੀਆਈ ਨੇ ਇਸ਼ੂ ਕੀਤੀਆਂ ਨੇ, ਪਰ ਇਹ ਵੀ ਦੱਸ ਦਈਏ ਕਿ 3 ਦਿਨਾਂ ਤੋਂ ਬਾਅਦ ਜੇਕਰ ਤੁਸੀਂ ਆਪਣਾ ਬਿੱਲ ਲੇਟ ਕਰਦੇ ਹੋ, ਮਤਲਬ 3 ਦਿਨਾਂ ਤੋਂ ਬਾਅਦ ਵੀ ਤੁਸੀਂ ਆਪਣਾ ਬਿੱਲ ਨਹੀਂ ਭਰਦੇ, ਤਾਂ ਫਿਰ ਉਸੇ ਤਰ੍ਹਾਂ ਹੀ ਬੈਂਕ ਜਿਹੜਾ ਹੈਗਾ ਉਹ ਤੁਹਾਡੇ ਤੋਂ ਪੈਨਲਟੀ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਅਮਾਊਂਟ ਚਾਰਜ ਜਿਹੜਾ ਉਹ ਕਰੇਗਾ ਹੀ। ਕ੍ਰੈਡਿਟ ਕਾਰਡ ਦੀ ਪੇਮੈਂਟ ਲੇਟ ਕਰਨ ਤੇ ਤੁਹਾਡਾ ਸਿਵਿਲ ਜੋ ਸਕੋਰ ਹੈ ਉਹ ਵੀ ਖਰਾਬ ਹੁੰਦਾ ਹੈ। ਸੋ ਤੁਸੀਂ ਇਸਦਾ ਵੀ ਧਿਆਨ ਰੱਖਣਾ ਹੈ ਕਿ ਤੁਸੀਂ ਡਿਊ ਡੇਟ ਤੋਂ ਆਪਣੀ ਪੇਮੈਂਟ ਲੇਟ ਨਾ ਕਰੋ, ਔਰ ਜੇਕਰ ਡਿਊ ਡੇਟ ਤੋਂ ਲੇਟ ਵੀ ਹੋ ਜਾਂਦਾ ਹੈ ਤਾਂ ਫਿਰ 3 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਆਪਣਾ ਬਿੱਲ ਜਿਹੜਾ ਉਹ ਤੁਸੀਂ ਭਰ ਦੇਵੋ। ਇਸ ਤੋਂ ਲੇਟ ਨਾ ਕਰੋ ਤਾਂ ਜੋ ਤੁਹਾਨੂੰ ਪੈਨਲਟੀ ਨਾ ਲੱਗੇ ਅਤੇ ਨਾ ਹੀ ਤੁਹਾਡਾ ਸਿਵਿਲ ਸਕੋਰ ਜਿਹੜਾ ਹੈਗਾ ਉਹ ਖਰਾਬ ਹੋਵੇ। ਸੋ ਇਹ ਬਹੁਤ ਹੀ ਇੰਪੋਰਟੈਂਟ ਆਰਬੀਆਈ ਦੀਆਂ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਇਸ਼ੂ ਕੀਤੀਆਂ ਗਈਆਂ ਸੀਗੀਆਂ ਜੋ ਤੁਹਾਡੇ ਰੂਬਰੂ ਕੀਤੀਆਂ ਅੱਜ ਦੀ ਵੀਡੀਓ ਦੇ ਵਿੱਚ। ਤੋਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।